ਬੋਲਣਾ ਬੜੇ ਹੀ ਧਿਆਨ ਨਾਲ ਪੈਂਦਾ ਕਿਸ ਨੂੰ ਮਨਪ੍ਰੀਤ ਬਾਦਲ ਨੂੰ ਜੋ ਕਿ ਸੁਖਬੀਰ ਬਾਦਲ ਦੇ ਹੀ ਭਰਾ ਨੇ ਜੀ ਹਾਂ ਇਹ ਬੋਲ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੇ ਨੇ ਜੋ ਡਰ ਰਹੇ ਨੇ ਮਨਪ੍ਰੀਤ ਬਾਦਲ ਤੋਂ ਇਸ ਡਰ ਪਿੱਛੇ ਕਾਰਨ ਹੈ ਰਿਸ਼ਤੇਦਾਰੀ ਹਾਸੇ ਹਾਸੇ ਚੀਜ਼ ਸਹੀ ਪਰ ਇੱਥੇ ਵੀ ਬਿਕਰਮ ਮਜੀਠੀਆ ਨੇ ਮਨਪ੍ਰੀਤ ਬਾਦਲ ਨੂੰ ਨਹੀਂ ਬਖਸ਼ਿਆ ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਬੇਸ਼ੱਕ ਸੁਖਬੀਰ ਬਾਦਲ ਦਾ ਭਰਾ ਹੈ ਪਰ ਬੰਦਾ ਠੀਕ ਨਹੀਂ ਹੈ ਜਿਸ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਾਂਗਰਸ ਨੂੰ ਘੇਰਦੇ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਨਾਰਾ ਤਾਂ ਵਧੀਆ ਲਾਉਂਦੇ ਨੇ ਪਰ ਕਰਦੇ ਕੁਝ ਵੀ ਨਹੀਂ ਅਤੇ ਹੁਣ ਤਾਂ ਕਾਂਗਰਸੀ ਵਰਕਰ ਵੀ ਕਾਂਗਰਸ ਤੋਂ ਤੰਗ ਆ ਚੁੱਕੇ ਨੇ ਕਿਸ਼ਤ ਨਹੀਂ ਮਿਲਦੀ ਇਹਦਾ ਹੀ ਸਿਖਾਇਆ ਗਿਆ ਕਿ ਟੀਚਰ ਜਿਹੜਾ ਹੁੰਦਾ ਨਾ
ਜਿਹੜਾ ਪ੍ਰੋਫੈਸਰ ਹੋਰ ਮਾਸਟਰ ਹੋਰ ਗੁਰੂ ਵਰਗਾ ਸਰਕਾਰ ਉਹਨੂੰ ਮਿਲਣਾ ਚਾਹੀਦਾ ਤੇ ਗੁਰੂ ਵਾਂਗੂ ਉਹਦੇ ਨਾਲ ਉਹਨਾਂ ਨੂੰ ਸਰਕਾਰ ਮਿਲਣਾ ਚਾਹੀਦਾ ਪਹਿਲੀ ਵਾਰੀ ਵੇਖਿਆ ਕਿ ਗੁਰੂ ਦਾ ਸਰਕਾਰ ਇਹ ਜਾਂ ਕੀਤਾ ਮੌਜੂਦਾ ਸਰਕਾਰ ਦੇ ਤਨਖਾਹਾਂ 45,000 ਸੀਗੀਆਂ ਪੱਕੇ ਕਰਨ ਦਾ ਵਾਅਦਾ ਸੀ ਤੇ ਤਨਖਾਹਾਂ ਘਟਾ ਕੇ ਕਰਦੀਆਂ 15,000 ਤੇ ਜੇ ਕੋਈ ਪੱਕੇ ਹੋਣ ਲਈ ਪਟਿਆਲੇ ਜਾਂਦਾ ਸੀ ਨਾਲ ਡਾਂਗਾ ਖਾਉਂਦਾ ਸੀ ਨਾਲ ਉਹਨੂੰ ਚੰਗੀ ਤਰ੍ਹਾਂ ਨਵਾ ਕੇ ਘਲਾਉਂਦੇ ਸੀ ਉੱਥੋਂ ਤੇ ਨਾਲ ਪਰਚਾ ਨਾਲ ਲੈ ਕੇ ਭੇਜਦੇ ਸੀ ਅੱਜ ਪਟਿਆਲੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੁੱਖ ਨਿਵਾਰਨ ਧਰਤੀ ਜਿਹਨੇ ਦੁੱਖ ਦਰਦ ਲੋਕਾਂ ਦੇ ਦੂਰ ਕੀਤੇ ਹੋਣ ਅੱਜ ਕਦੇ ਕੋਈ ਨਰਸ ਛੱਤ ਤੋਂ ਛਾਲ ਮਾਰਦੀ ਹੈ ਕਿ ਮੇਰੀ ਗੱਲ ਸੁਣੀ ਜਾਵੇ ਸਾਡੀ ਗੱਲ ਕੋਈ ਨਹੀਂ ਸੁਣਦਾ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਇਹ ਹਾਲ ਹੋ ਗਿਆ ਕਿ ਸਾਰੇ ਮੁਲਾਜ਼ਮ ਧਰਨੇ ਤੇ ਬਹਿ ਗਏ ਪ੍ਰਭੋ ਤੇ ਇਸ ਲਈ ਪ੍ਰਭੋ ਇਹ ਮੌਕਾ ਆਇਆ ਆ ਖਜ਼ਾਨਾ ਮੰਤਰੀ ਆ ਬਾਦਲ ਸਾਹਿਬ ਦਾ ਆਪਣੇ ਦਾਖਲੀ ਨੇ ਮੌਜੂਦਾ ਕਾਰਜ ਖਜ਼ਾਨਾ ਮੰਤਰੀ ਡੁੱਬੀ ਭੇਟੀ ਹੈ ਗੁੱਸਾ ਨਾ ਕਰਦੀਆ ਡੁੱਬੀ ਜੀ ਤੋਂ ਦਾ ਛੋਟਾ ਭਰਾ ਕਿਤੇ ਆ ਕੇ ਕਵੇ ਤੇਰੇ ਅਸੇ ਬੋਲਣਾ ਬੜੇ ਧਿਆਨ ਨਾਲ ਪੈਂਦਾ ਜੀ ਕਰ ਮੈਂ ਭਾਈਏ ਦਾ ਤਾਂ ਭਰਾ ਹੀ ਨਾ ਭਰਾਓ ਮਗਰ ਬੰਦਾ ਨੇ ਕੋਈ ਬਾਲ ਸਾਹਿਬ ਜਿਹੜਾ ਪੰਜਾਬ ਦੇ ਲੋਕਾਂ ਨਾਲ ਧੋਖਾ ਕਰੇ ਜਿਹੜਾ ਪੰਜਾਬ ਦੀ ਕਿਸਾਨੀ ਨਾਲ ਠੱਗੀ ਮਾਰੇ ਜਿਹੜਾ ਪੰਜਾਬ ਨਾਲ ਫਰੇਮ ਕਰੇ ਉਹ ਫਿਰ ਬੰਦਾ ਨਹੀਂ ਠੀਕ ਹੋ ਸਕਦਾ ਵੈਸੇ ਤਾਂ ਰਿਹਾ ਤਾਂ ਉਹ ਬਾਪੂ ਜੀ ਦਾ ਵੀ ਬਣ ਕੇ ਸੀ ਤੇ ਉਹ ਐਸ ਦੇ ਪਹਿਲੀ ਵਾਰੀ ਕਰਾਈ ਤਾਇਆ ਜੀ ਨੇ ਬਣਾਇਆ ਸੀ ਤੇ ਜਦੋਂ ਤਾਏ ਦਾ ਵੀ ਬਣਿਆ ਤੇ ਪੰਜਾਬ ਦੇ ਲੋਕਾਂ ਦਾ ਕਿੱਥੋਂ ਬਣ ਜਾਣਾ ਸੀਗਾ ਜਿਹਨੇ ਚਾਰ ਵਾਰੀ ਵਿਧਾਨ ਸਭਾ ਪ੍ਰਕਾਸ਼ ਕੀ ਉਹਦਾ ਤਾਂ ਬਣਿਆ ਜਾਂ ਜੇ ਮੇਥੋ ਥੋਡੀ ਨਾ ਸੁਣੇ ਤੁਹਾਡੇ ਵੀ ਦਰਦ ਹੋਣਾ ਕਿ ਤਿੰਨਾਂ ਦੀ ਅਸੀਂ ਘਲਾਇਆ ਸੀ ਤੇ ਸਾਡੀ ਸੁਣਦਾ ਨਹੀਂ ਉਹ ਤਾਏ ਨੇ ਆਪਣੀ ਸੀਟ ਛੱਡ ਕੇ ਬਿਆਨ ਸਿਆਲ ਲੜਾਈ ਲੜ ਕੇ ਗਿੱਦੜ ਵੇ ਤੋਂ ਮੈਨੂੰ ਯਾਦ ਹੈ 94 ਦੀ ਗੱਲ ਹੋਣੀ ਬੀਬੀ ਜੀ ਉਦੋਂ ਥੋਡੇ ਵਿੱਚ ਝੱਲੀ ਲੱਗੀ ਹੁੰਦੀ ਸੀ ਪਹਿਲਾਂ ਆਹਨ ਲੱਗੀ ਹੁੰਦੀ ਸੀ ਨਾ ਜੋ ਆਉਦੋਂ ਤੋਹੀ ਵੀ ਬੜਾ ਕਿਹੜਾ ਚੱਲਦੇ ਹੁੰਦੇ ਗਿੱਦੜ ਦੇ ਆਖਰ ਲੈ ਲਿਆ ਸਵਾਦ ਸਾਰਿਆਂ ਨੇ ਇਸ ਲਈ ਭਰਾਵੋ ਤਾਂ ਕੱਲਾ ਇਹਨਾਂ ਨੇ ਨੀ ਸਾਰੀ ਲਈ ਜਾਂਦੀ ਅਸੀਂ ਤਾਂ ਬਹੁਤ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਮੈਂ ਕਿਹਾ ਮਾਮਾ ਇੱਕ ਸਹੂਲਤਾਂ ਦੱਸਦੇ ਅਸੀਂ ਵੀ ਜਾ ਕੇ ਲੋਕਾਂ ਨੂੰ ਪੁੱਛ ਲਈਏ ਕਿਹੜੀ ਸਹੂਲਤ ਦਿੱਤੀ ਆ 13,000 ਕਰੋੜ ਰੁਪਈਆ ਆ ਬੱਤੀ ਅਤੇ ਹਰਮੀਤ ਸਿੰਘ ਨੇ ਮੈਨੂੰ ਲੱਗਦਾ ਖੋਲੇ ਅਸਮਾਨਾ ਥੱਲੇ ਸਾਨੂੰ ਤਾਂ ਬਿਠਾਇਆ ਅੰਦਰ ਪੈਲੇਸ ਦੇ ਅੰਦਰ ਜਾ ਕੇ ਬੈਠੇ ਕੋਲ ਬਿੱਲ ਜੀ ਨੇ ਭਰਨਾ ਉਹਦਾ ਤਾਂ ਉਹ ਵਿਚਾਰੇ ਨੂੰ ਪਸੀਨਾ ਆਈ ਜਾਵੇ ਮੁੜਕੋ ਮੁੜਕੀ ਹੋ ਜਾਵੇ ਪੱਖਾ ਬੱਚ ਲਾਓ ਨਾ ਚਲਾਓ ਬੱਤੀ ਬਾਲੋ ਨਾ ਬਾਲੋ ਪੱਕਾ ਬਿੱਲ ਆਉਣਾ ਫਿਕਸ ਚਾਰਜ ਲਾਤੇ ਬਿੱਲ ਦੇ ਕਰ ਲਿਓ ਤਜਰਬਾ ਘਰ ਨੂੰ ਲਾ ਦਿਓ ਤਾਲਾ ਜਿੱਥੇ ਕਿਸੇ ਦੇ ਕੋਲ ਦੁਕਾਨ ਹੈ ਉਹਦੇ ਮਹੀਨੇ ਬਾਅਦ ਉਹਦਾ ਬਿੱਲ ਜ਼ਰੂਰ ਆ ਜੂ ਤੁਹਾਡੇ ਪੱਕੇ 3,000 ਤੋਂ 5,000 ਕਰੋੜ ਫਿਕਸ ਚਾਰਜ ਦੇ ਰੂਪ ਚ ਲੈ ਤਾ ਬੱਤੀ ਘਰਾਂ ਦੀ ਬੱਤੀ ਅੱਜ ਪੰਜਾਬ ਚੋਂ ਸਭ ਤੋਂ ਮਹਿੰਗੀ ਹੈ 30% ਵਾਧਾ ਇਹਨਾਂ ਨੇ 2 ਸਾਲ ਚ ਕੀਤਾ ਫਿਰ ਕਹਿੰਦਾ ਇਹ ਬੱਤੀ ਦੇ ਬਿੱਲ ਜਾਂ ਤਾਂ ਖਜ਼ਾਨਾ ਮੰਤਰੀ ਭਰਦਾ ਹੋਵੇ ਫਿਰ ਤਾਂ ਠੀਕ ਹੈ ਜਿਹੜੇ ਘਰਾਂ ਦੀ ਬੱਤੀ ਉਹਦੇ ਬਿੱਲ ਤਾਂ ਆਪਾਂ ਨੂੰ ਭਰਨੇ ਪੈਂਦੇ ਤੇ ਕਹਿੰਦਾ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ ਇਸੇ ਤਰ੍ਹਾਂ ਡੀਜ਼ਲ ਤੇ ਪੈਟਰੋਲ ਸੈਂਟਰ ਦੀ ਸਰਕਾਰ ਨੇ ਰੇਟ ਘਟਾਤੇ ਸਾਰੇ ਸੂਬਿਆਂ ਨੇ ਘਟਾਤੇ ਇਹਨਾਂ ਨੇ ਸਾਲ ਬਾਅਦ ਜਾ ਕੇ ਘਟਾਏ ਮਗਰ ਅੱਜ ਵੀ ਡੀਜ਼ਲ ਤੇ ਪੈਟਰੋਲ ਪੰਜਾਬ 'ਚ ਸਭ ਤੋਂ ਮਹਿੰਗਾ ਫਿਰ ਕਹਿੰਦਾ ਸੀ ਕੋਈ ਨਵਾਂ ਬੋਝ ਨਹੀਂ ਪਾਇਆ ਇਸ ਲਈ ਭਰਾਵੋ ਤੇ ਜਿਹੜਾ ਕਾਂਗਰਸ ਦਾ ਹੱਥ ਹੈ ਨਾ ਉਹਨਾਂ ਦਾ ਨਾਰਾ ਦੱਸਿਆ ਕੀ ਹੁੰਦਾ ਕਾਂਗਰਸ ਦਾ ਹੱਥ ਗਰੀਬ ਦੇ ਨਾਲ ਨਾਰਾ ਬੜਾ ਸੋਹਣਾ ਜਿਹਾ ਲਾਉਂਦੇ ਆ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ ਲੈ ਲਓ ਸਵਾਦ ਫਿਰ ਚਾਹੁੰਦਾ ਪੰਜਾਬ ਲੈ ਲਿਆ ਸਵਾਦ ਕਹਿੰਦਾ ਉਹ ਕਾਂਗਰਸ ਹੀ ਲਈ ਫਿਰਦੇ ਆ ਚੀਕਾਂ ਤਾਂ ਉਹਨਾਂ ਦੀ ਵੀ ਨਿਕਲ ਗਈਆਂ ਆ ਬੀਬੀ ਜੀ ਅਤਵਾਲ ਸਾਹਿਬ ਨੇ ਵੀ ਬਿਆਨ ਦੇ ਦਿੱਤਾ ਕਿ ਬਚਾ ਲਓ ਆ ਕੈਪਟਨ ਕੋਲ ਉਹਨਾਂ ਦਾ MLA ਆ ਫਿਰ ਨੱਥੂ ਰਾਮ ਸਾਹਿਬ ਨੇ ਅਸੀਂ ਕੀ ਕਰੀਏ ਅਸੀਂ ਤਾਂ ਆਪ ਮੌਕੇ ਬਣੇ ਆ ਚਾਹੀਦਾ ਆਪ ਪੁੱਛਦੇ ਕਿ ਅਸੀਂ ਦੱਸੋ ਕੀ ਕਰਦੀਏ ਪਹਿਲਾਂ ਤਾਂ ਬੜੇ ਸਮਝਾਉਂਦੇ ਸਾਂ ਤੇ ਜਾਗਦੇ ਰਹੋ ਜਾਗਦੇ ਰਹੋ ਮਗਰ ਉਦੋਂ ਸਾਡੀ ਗੱਲ ਅੱਧਿਆਂ ਨੇ ਸੁਣੀ ਅੱਧਿਆਂ ਨੇ ਨਹੀਂ ਸੁਣੀ ਇਸ ਲਈ ਭਰਾਵੋ ਇਹ ਲੜਾਈ ਕਿਸੇ ਹੋਰ ਦੀ ਨਾ ਸਮਝ ਲਿਓ ਆ ਉਹਨਾਂ ਤੋਂ ਵੀ ਬਚ ਜੇ ਉਹਨਾਂ ਹੁਣ ਕਾਂਗਰਸ ਨੇ ਕੰਮ ਕੀ ਕੀਤਾ ਇੱਕੋ ਰਹਿ ਗਿਆ ਇਹਦਾ ਕੋਲ ਸ਼ਗੂਫਾ ਜਿਹਾ ਕੰਮ ਕੁਛ ਨਹੀਂ ਹੋਇਆ ਆਪਦੇ ਕੋਲੋਂ ਇੱਕ SIT ਰਹਿ ਗਈ ਹੈ SIT ਦੇ ਸਿਰ ਦੀ ਇਲੈਕਸ਼ਨ ਲੜਨਾ ਚਾਹੁੰਦੇ ਸਾਰੀ
ਅਸੀਂ ਆਪ ਕਹਿੰਦੇ ਪਾਰਦਰ ਸਿੱਧਾ ਨਾਲ ਹੋਵੇ ਇਨਕੁਆਇਰੀ ਕਿਸੇ ਨੂੰ ਜਾਣ ਦੀ ਕੋਈ ਨਹੀਂ ਮਗਰ ਜੇ ਐਸਆਈਟੀ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਜਾਖੜ ਨੇ ਕਰਨਾ ਜਾਂ ਵਜ਼ੀਰਾਂ ਨੇ ਕਰਨਾ ਤੇ ਸਿਆਸੀ ਕਰਨ ਲਈ ਉਹਨੂੰ ਵਰਤਣਾ ਕਿਉਂਕਿ ਕਾਂਗਰਸ ਆਪ ਦੇ ਸਾਰੇ ਕੰਮ ਚ ਫੇਲ ਹੋ ਗਈ ਹੈ ਹੁਣ ਇੱਕ ਐਸਆਈਟੀ ਤੇ ਦੂਜਾ ਜਾ ਕੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਕਹਿੰਦੇ ਹੋ ਸਾਡੀ ਜਾਨ ਫੇਰ ਬਚਾ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੜਦਾ ਸਾਡੇ ਸਾਰੇ ਨਿਕੰਮੇ ਕੋਈ ਲੜਨ ਯੋਗਾ ਨਹੀਂ ਰਹਿ ਗਿਆ ਮੇਰੇ ਵੀਰੋ ਇਹਨਾਂ ਹਾਲਾਤਾਂ ਚ ਤੁਸੀਂ ਸਾਰੀ ਗੱਲ ਨੂੰ ਪਛਾਣਨਾ ਤੇ ਕਿਤੇ ਉਹਨਾਂ ਦੇ ਵਸ ਨਾ ਆ ਜਿਓ ਜਿਹੜੀਆਂ ਦੋ ਤਿੰਨ ਪਾਰਟੀਆਂ ਤੁਰੀਆਂ ਫਿਰਦੀਆਂ ਆਪ ਦੇ ਪਾਪ ਦੇ ਪਤਾ ਨਹੀਂ ਕਿਹੜੀਆਂ 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 ਕਈ ਤੁਰੇ ਫਿਰਦੇ ਆ ਇਹ ਸਾਰਿਆਂ ਦਾ ਫੈਸਲਾ ਰਾਤ ਨੂੰ ਕਿਹਨੇ ਇਲੈਕਸ਼ਨ ਕਿੱਥੋਂ ਲੜਨੀ ਆ ਕਿਹਦਾ ਗਠਬੰਧਨ ਕਿਹਦੇ ਨਾਲ ਹੋਣਾ ਕਿਹਨੇ ਕੈਂਡੀਡੇਟ ਬਣਨਾ ਕਿਹਨੂੰ ਕਿੰਨੇ ਪੈਸੇ ਮਿਲਣੇ ਆ ਤੇ ਐਵੇਂ ਨਾ ਸਮਝ ਲਓ ਵੇਖਣ ਨੂੰ ਹਾਥੀ ਦੇ ਦਾਤ ਟਕਾਉਣ ਨੂੰ ਹੋਰ ਤੇ ਚਬਾਉਣ ਨੂੰ ਹੋਰ ਇਹ ਫੈਸਲਾ ਸਭ ਕਾਂਗਰਸ ਭਵਨ ਦੀ ਹੁੰਦਾ ਹੈ ਮਕਸਦ ਇੱਕ ਹੈ ਕਿ ਵਿਰੋਧੀ ਧਿਰ ਦੀ ਵੋਟ ਪਾ ਜੇ ਵੋਟ ਚਾਰ ਹਿੱਸਿਆਂ ਚ ਵੰਡੇ ਜਾਵੇ ਤੇ ਵਿੱਚੋਂ ਚੋਰ ਮੋਰੀ ਨਾਲ ਫਿਰ ਕਾਂਗਰਸ ਨਿਕਲ ਕੇ ਆ ਜੇ ਇਸ ਲਈ ਭਰਾਵੋ ਆ ਵਿਧਾਨ ਸਭਾ ਦੇ ਅੰਦਰ ਵੀ ਮੈਂ ਤਾਂ ਕਹਿੰਦਾ ਹੁੰਦਾ ਆਪ ਪਾਰਟੀ ਇਹਨਾਂ ਦੇ ਸੱਤ ਇਹਨਾਂ ਨੂੰ ਐਮਐਲਏ ਛੱਡ ਗਏ ਤਿੰਨ ਅਸਤੀਫਾ ਦੇ ਕੇ ਨਵਾਂ ਹੀ ਕਿਸਮ ਦੇਖਿਆ ਪਹਿਲਾਂ ਦਾ ਬਾਹਰ ਆ ਕੇ ਪੂਲਕਾ ਜਾਂ ਸਿੱਧੇ ਜੇ ਮੂੰਹ ਨਾਲ ਕਹਿੰਦਾ ਮੈਂ ਅਸਤੀਫਾ ਦੇ ਦਿੱਤਾ ਅੰਦਰ ਆ ਕੇ ਫਿਰ ਸਵਾਲ ਪੁੱਛ ਕੇ ਫਿਰ ਪਾਸ ਜਾਂਦਾ ਮੈਂ ਕਿਹਾ ਨਵਾਂ ਕੰਮ ਹੋਇਆ ਕਿਸੇ ਅਖਬਾਰ ਵਾਲੇ ਨੂੰ ਪੁੱਛੋ ਤੁਸੀਂ ਦੇਖ ਕੇ ਹਟਿਓ ਅਸਤੀਫਾ ਸਵੇਰੇ ਕੋਈ ਵੜਨ ਦਵੋ ਆਪਦੀ ਅਖਬਾਰ ਚ ਆ ਵਕੀਲ ਸਾਹਿਬ ਬੈਠੇ ਆ ਕੋਈ ਕਹਿ ਦੇਵੇ ਕਿ ਮੈਂ ਫਲਾਣਾ ਕੇਸ ਛੱਡਤਾ ਤੇ ਜੱਜ ਸਾਹਿਬ ਨੂੰ ਅਗਲੇ ਦਿਨ ਆ ਕੇ ਕਹੇ ਨੀ ਮੈਂ ਤਾਂ ਫੇਰ ਬਲ ਬਦਲਿਆ ਮੈਂ ਤਾਂ ਲੜਦਾ ਇਹ ਪਹਿਲਾਂ ਹੀ ਕੰਮ ਵੇਖਿਆ ਸਾਡੀ ਵਿਧਾਨ ਸਭਾ ਚ ਜਦੋਂ ਸਵਾਲ ਪੁੱਛਣਾ ਹੋਵੇ ਤੇ ਕੈਪਟਨ ਸਾਹਿਬ ਨਾਲ ਆਟੀ ਛਾਟੀ ਲਾ ਕੇ ਅੰਦਰ ਸਵਾਲ ਪੁੱਛ ਜਾਂਦੇ ਮੁੜ ਕੇ ਬਾਹਰ ਆ ਕੇ ਕਹਿੰਦੇ ਅਸਤੀਫਾ ਦੇ ਤਾਂ ਕੰਮ ਮੁੱਕ ਗਿਆ ਇਸ ਲਈ ਭਰਾਵੋ ਇਹਨਾਂ ਦੇ ਚਾਲਬਾਜ਼ਾਂ ਕੋਲੋਂ ਵੀ ਬਚ ਜਿਓ ਤੇ ਹਰਮੀਤ ਸਿੰਘ ਸੰਧੂ ਸਾਹਿਬ ਨੂੰ ਮੈਂ ਤਾਂ ਕੀ ਆਖਾਂ ਭਰਾ ਖੁਸ਼ੀ ਹੋਈ ਮਨ ਨੂੰ ਥੋੜ੍ਹਾ ਜਿਹਾ ਕਰੰਟ ਜਿਹਾ ਆਇਆ ਕਿ ਮਾਰਿਆ ਥੋੜ੍ਹਾ ਥੋੜ੍ਹਾ ਕਰੰਟ ਮਾਰਿਆ ਇਹ ਭਰਾ ਤਗੜਾ ਨਹੀਂ ਆਪਾਂ ਤਗੜੇ ਹੋ ਕੇ ਆ ਪਾਰਲੀਮੈਂਟ ਦੀ ਸੀਟ ਵੈਸੇ ਮੰਨ ਕੇ ਜਿਹੜੇ ਦੂਜੇ ਹੋਰ ਇੱਥੇ ਖਲੋਤੇ ਆ ਬੁਲਾਇਆ ਤਾਂ ਆਪਾਂ ਹੀ ਸੀ ਉਹਨਾਂ ਨੂੰ ਇਲੈਕਸ਼ਨ ਹਾਰ ਗਏ ਸਾਂ 12 ਚ ਬਾਲ ਸਾਹਿਬ ਨੇ ਟੱਚ ਕੀਤਾ ਤੇ 17 ਚ ਬਣਾ ਤਾ ਉਹਨਾਂ ਨੇ ਵੀ ਇੱਕ ਜਗ੍ਹਾ ਬੈਠੇ ਆ ਸਾਡੇ ਸਰਕਾਰ ਜੋ ਪੱਕੋ ਕੇ ਸਾਹਿਬ ਦੂਜਿਆਂ ਨੇ ਵੀ ਆ ਜਾਣਾ ਛੇਤੀ ਬਾਲ ਸਾਹਿਬ ਜਿਹੜੇ ਕੋਈ ਨੀ ਰਹਿੰਦਾ ਨਾਲ ਸਭ ਵੇਖ ਲਿਆ ਕਿ ਰਾਤ ਨੂੰ ਤਾਂ ਹੁਕਮ ਆਉਂਦੇ ਰਵਿੰਦਰ ਸਾਹਿਬ ਕੋਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਤੇ ਸਵੇਰੇ ਕਿਹੜਾ ਚੜੇ ਹੋ ਗੱਡੀ ਤੇ ਜਿਹਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕੀਤਾ ਹੋਵੇ ਜਿਹਨੇ ਇਹੋ ਜਿਹੇ ਕੰਮ ਕੀਤੇ ਹੋਣ ਤੇ ਲੋਕ ਬੜੇ ਸਿਆਣੇ ਆ ਹੌਲੀ ਹੌਲੀ ਸੱਚਾਈ ਸਾਹਮਣੇ ਤੁਰੀ ਆਉਂਦੀ ਆ ਤੇ ਹੁਣ ਕੱਲ ਪਰਚੋ ਬੜੀ ਵੱਡੀ ਚੈਨਲ ਆ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਮਾੜਾ ਜਿਹਾ 2 ਵਜੇ ਦਰਸ਼ਨ ਦੇ ਦਿਓ ਤੁਹਾਨੂੰ ਕੱਲ ਦੱਸਾਂਗੇ ਕਿਤੇ ਅੱਜ ਦੀ ਖਬਰ ਚ ਆ ਜਿਓ ਮਗਰ ਕੱਲ ਆ ਜਿਓ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਵਿੱਚ ਜਨਤਕ ਮੀਟਿੰਗ ਕਰਕੇ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਪਰ ਅਜੇ ਹੋਰ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਆਪਣੇ ਬਾਕੀ ਉਮੀਦਵਾਰਾਂ ਦਾ ਕਦੋਂ ਤੱਕ ਐਲਾਨ ਕਰਦਾ ਹੈ ਬਿਊਰੋ ਰਿਪੋਰਟ